ਕੀਤਾ ਕਿ ਜਾਂ ਗਲਤ ਕੀਤਾ? ਸਹੀ ਤਾਂ ਕੀਤਾ ਕਹਿ ਲਓ, ਜਦੋਂ ਗਿਆ ਮੁੰਡਿਆਂ ਨਾਲ ਲੜ ਕੇ ਜਾ ਕੇ ਸਹੀ ਕੀਤਾ, ਆਪਦੀ ਢਿੱਡ ਬਦਲੇ ਕੀਤਾ। ਕਿੰਨਾ ਚਿਰ ਉਹ ਚੱਲਿਆ ਧੱਕੇ ਖਾਣ ਲਈ, ਬਜ਼ੁਰਗ ਉੱਥੇ ਰੋਲ ਲਏ ਆ, ਬੀਬੀਆਂ ਰੋਲ ਲਈਆਂ, ਉਹੀ ਗੁੱਸੇ ਦੇ ਮਾਰੇ ਚਲੇ ਗਏ। ਕਰ ਲੈਂਦੇ ਇਹ ਤਾਂ ਚਾਹੀਦੇ ਨਹੀਂ ਗੇ, ਕਰ ਨੂੰ ਚਾਹੀਦੇ ਨਹੀਂ ਇਸ ਤਰ੍ਹਾਂ। ਇਸ ਵਕਤ ਤੁਹਾਨੂੰ ਕਿਸੇ ਪਾਰਟੀ ਦੀ ਕੋਈ ਸਪੋਰਟ ਹੋਈ ਆ, ਕੋਈ ਆਇਆ ਤੁਹਾਡੇ ਵੱਲ ਜਾਂ ਕੋਈ ਪੁਲਿਸ ਪ੍ਰਸ਼ਾਸਨ ਅਧਿਕਾਰੀ ਉੱਧਰੋਂ ਪਾਰਟੀ ਵੱਲੋਂ? ਹਾਂਜੀ। ਨਹੀਂ, ਸਾਡੇ ਕੋਲ ਕੋਈ ਨਹੀਂ ਆਇਆ। ਅਤੇ ਕੋਈ ਸਰਕਾਰ ਜਾਂ ਪੁਲਿਸ ਆਈ ਤੁਹਾਡੇ ਘਰ? ਪੁਲਿਸ ਆਈ ਆ। ਕੋਈ ਪੁੱਛ ਗਏ ਸੀ? ਇਹੋ ਪੁੱਛ ਕੇ ਤੁਹਾਡੇ ਕੋਲ, ਜਿਤਨਾ ਵੀ ਕੌਣ ਸੀ, ਕਿੰਨੇ ਉਹਦੇ ਭੈਣ ਭਰਾ ਸੀ, ਕਿੰਨੀਆਂ ਧੀਆਂ ਭੈਣਾਂ ਸੀ, ਇਸ ਤਰ੍ਹਾਂ ਉਹ ਪੁੱਛ ਕੇ ਗਏ। ਅਤੇ ਜਿਹੜਾ ਪੁੱਤਰ ਤੁਹਾਡਾ ਕੋਈ ਕੰਮ ਕਾਰ ਕੀ ਕਰਦਾ ਸੀ? ਕੰਮ ਵਾਹੀ ਦਾ ਕਰਦਾ ਹੈ। ਖੇਤੀ ਦਾ। ਕਿੰਨੇ ਭੈਣ ਭਰਾ ਉਹਦੇ? ਹਾਂਜੀ, ਉਹ ਤਿੰਨ ਭੈਣਾਂ ਹੈ ਅਤੇ ਦੋ, ਇੱਕ ਇਕੱਲਾ ਬੱਚਾ ਜਗਰਾਜ ਇਕੱਲਾ। ਅਤੇ ਮੈਂ ਬਿਲਕੁਲ ਸਪਸ਼ਟ ਕਰਦਾ ਹਾਂ ਕਿ ਉਹ ਜਿਹੜਾ ਕੋਈ ਗਿਣੀ ਮਿੱਠੀ ਸਾਜਿਸ਼ ਨਹੀਂ ਗੀ, ਉਹ ਆਮ ਜਿੱਦਾਂ ਪੂਰੇ ਪੰਜਾਬ ਵਿੱਚੋਂ, ਪੂਰੇ ਹਿੰਦੁਸਤਾਨ 'ਚੋਂ ਬੱਚੇ ਗਏ ਨੇ, ਉਹ ਬੱਚੇ ਵੀ ਮੈਂ ਤਾਂ ਕਹੂੰਗਾ ਕਿ ਇੱਕ ਡਰਾਮਾ ਜਾਂ ਸ਼ੋਅ ਮੰਨ ਲਓ, ਕਿਸ ਤਰੀਕੇ ਨਾਲ ਇਕੱਠੇ ਹੋ ਕੇ ਚਲੇ ਗਏ ਨੇ ਉੱਥੇ। ਔਰ ਜਦੋਂ ਉੱਥੇ ਪਹੁੰਚ ਗਏ ਨੇ ਤਾਂ ਉੱਥੇ ਮੈਂ ਖੁਦ ਮਤਲਬ ਟੀ ਵੀ 'ਤੇ ਵੇਖਣ ਡਿਆ ਸੀ ਵੀ ਇੱਕ ਆਦਮੀ ਪਹਿਲਾਂ ਚੜ੍ਹਿਆ ਹੈ ਅਤੇ ਉਹਦੇ ਤੋਂ ਉੱਪਰ ਨਹੀਂ ਗਿਆ ਗਿਆ, ਅਤੇ ਉਸ ਤੋਂ ਬਾਅਦ ਇਹ ਕਿਸੇ ਨੇ ਥੱਲਿਓਂ ਇਸ ਬੱਚੇ ਨੂੰ ਉਂਗਲ ਲਾਤੀ ਹੋਈ, ਜਵਾਨ ਆ ਵੀ ਜੇ ਤੂੰ ਚੜ੍ਹ ਜਾਣਾ, ਅਤੇ ਇਹ ਬੱਚਾ ਉੱਥੇ ਚੜ੍ਹ ਗਿਆ। ਉਹਨਾਂ ਨਿਸ਼ਾਨ ਜਿਹੜਾ ਸੀ ਜੋ ਉਹਦੇ ਹੱਥ ਵਿੱਚ ਸੀ, ਮੇਰਾ ਮਤਲਬ ਇਹ ਨਹੀਂ ਕਿ ਕੋਈ ਸਪੈਸ਼ਲ ਲੈ ਕੇ ਗਏ ਨੇ ਕਿ ਅਸਾਂ ਇਹ ਝੰਡਾ ਉੱਥੇ ਚੜ੍ਹਾਉਣਾ ਹੈ, ਉਹ ਆਮ ਟਰੈਕਟਰਾਂ ਦੇ ਨਿਸ਼ਾਨ ਲੱਗੇ ਨੇ ਉੱਥੋਂ ਉਹਨੇ ਬੱਚੇ ਨੇ ਫੜ ਕੇ। ਅਤੇ ਜਿੱਥੋਂ ਤੱਕ ਮੇਰਾ ਆਪਣਾ ਮੇਰੀ ਸੋਚ ਆ ਮੇਰੀ ਵੀ ਉਹਨੇ ਬੱਚੇ ਨੇ ਉੱਥੇ ਲਾ ਤਾ, ਕਿਉਂਕਿ ਅਸੀਂ ਉਸ ਪਰਿਵਾਰ ਨਾਲ ਜੁੜੇ ਹੋਏ ਹਾਂ, ਇੱਥੋਂ ਸਾਡੇ ਪਿੰਡ ਦੇ ਨੇ ਉਹ, ਤਾਂ ਅਸੀਂ ਜਾਣਦੇ ਹਾਂ ਕਿ ਉਹ ਪਰਿਵਾਰ ਵਿੱਚ ਕੋਈ ਅਜਿਹਾ ਅਨਸਰ ਨਹੀਂ ਕਿ ਜੋ ਕੋਈ ਮਤਲਬ ਇਹਨੂੰ ਗਲਤ ਤਰੀਕੇ ਦੇ ਨਾਲ ਮਤਲਬ ਕਿ ਪੇਸ਼ ਆਇਆ ਹੋਵੇ ਹੁਣ ਤੱਕ, ਜਾਂ ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਭਾਵਨਾ ਹੋਵੇ। ਜੇ ਉਹ ਖਾਲਿਸਤਾਨੀ ਝੰਡਾ ਨਾ, ਫਿਰ ਤਾਂ ਹਿੰਦੁਸਤਾਨ 'ਚ ਹਰ ਗੁਰਦੁਆਰੇ ਉੱਤੇ ਖਾਲਿਸਤਾਨੀ ਝੰਡਾ ਲੱਗਾ ਹੋਇਆ। ਇਹ ਸਾਡਾ ਇੱਕ ਧਾਰਮਿਕ ਚਿੰਨ੍ਹ ਆ, ਇਹ ਜਿਹਨੂੰ ਅਸੀਂ ਕੇਸਰੀ ਨਿਸ਼ਾਨ ਕਹਿੰਦੇ। ਤੁਸੀਂ ਇਹ ਵੇਖੋ ਕਿ ਉਹ ਨਿਸ਼ਾਨ ਆ, ਤਿਕੋਣਾ ਨਿਸ਼ਾਨ ਆ, ਉਹਦੇ ਵਿੱਚ ਦੋ ਤਲਵਾਰਾਂ ਵਿੱਚ ਖੰਡੇ ਦਾ ਉਹ ਬਣਿਆ ਹੋਇਆ, ਔਰ ਹਰ ਸਾਡੇ ਧਾਰਮਿਕ ਸਥਾਨ ਦੇ ਉੱਤੇ ਲੱਗਾ ਹੋਇਆ। ਗੋਬਿੰਦ ਸਿੰਘ ਇਹ ਕੇਸਰੀ ਨਿਸ਼ਾਨ ਦੇ ਕੇ ਗਿਆ, ਆਜ਼ਾਦੀ ਤਾਂ ਸਾਨੂੰ ਮਿਲ ਰਹੀ ਹੈ 1947 'ਚ, ਔਰ ਉਦੋਂ ਸਾਨੂੰ ਇਹ ਤਿਰੰਗਾ ਮਿਲਦਾ, ਉਹਦੇ ਵਿੱਚ ਸਭ ਤੋਂ ਉੱਪਰਲੀ ਲਾਈਨ ਜਿਹੜੀ ਉਹ ਕੇਸਰੀ ਆ, ਔਰ ਕੇਸਰੀ ਨਿਸ਼ਾਨ ਜਿਹੜਾ ਕੋਈ ਇਹ ਨਹੀਂ ਇੱਕ ਸ਼ਹਾਦਤ ਦਾ ਨਾਂ ਨਿਸ਼ਾਨ ਆ, ਇੱਕ ਤਰੱਕੀ ਦਾ ਨਿਸ਼ਾਨ ਆ, ਇੱਕ ਸੂਰਬੀਰਤਾ ਦਾ ਨਿਸ਼ਾਨ ਆ, ਰੰਗ ਨੂੰ ਮੰਨਿਆ ਇਹ, ਬਾਕੀ ਕੋਈ ਇਹੋ ਜਿਹੀ ਗੱਲ ਨਹੀਂ। ਦੇਹ ਨੂੰ ਵਗੈਰਾ ਸਾਡਾ ਸਲੂਟ ਆ, ਔਰ ਝੰਡੇ ਅੱਗੇ ਸਾਡਾ ਸਿਰ ਨਹੀਂ ਹੁੰਦਾ, ਕਿਉਂਕਿ ਸਾਡਾ ਇੱਕ ਦੁਨੀਆ ਦੇ ਵਿੱਚ ਜਿੱਦਾਂ ਹਰ ਇੱਕ ਮੁਲਕ ਦਾ ਝੰਡਾ ਹੁੰਦਾ, ਸਾਡਾ ਇੱਕ ਨਿਸ਼ਾਨ ਆ ਜਿਹੜਾ ਤਿਰੰਗਾ ਨਿਸ਼ਾਨ ਆ, ਔਰ ਬਹੁਤ ਹੀ ਜ਼ਿਆਦਾ ਸਨਮਾਨ ਯੋਗ ਆ। ਇਹਦੇ ਵਾਸਤੇ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਪਾਈਆਂ ਨੇ, ਇਹਦੇ ਵਿੱਚ ਸਾਡਾ ਬੜਾ ਜ਼ਿਆਦਾ, ਇਸ ਤਿਰੰਗੇ ਨੂੰ ਲੈਣ ਵਾਸਤੇ ਸਾਨੂੰ ਲੰਡਨ ਤੱਕ ਜਾਣਾ ਪਿਆ, ਔਰ ਉਹ ਸਨ ਇਹੋ ਹੀ ਮਤਲਬ ਸਾਡੇ ਸਰਦਾਰ ਭਾਈਆਂ ਨੂੰ ਇਹਦੇ ਵਾਸਤੇ ਸ਼ਹੀਦ ਭਗਤ ਸਿੰਘ ਨੂੰ ਆਪਣੀ ਸ਼ਹਾਦਤ ਦੇਣੀ ਪਈ ਆ, ਲਾਲਾ ਲਾਜਪਤ ਰਾਏ ਜੀ ਨੂੰ ਆਪਣੇ ਨੂੰ ਇਹਦੇ ਮਤਲਬ ਇਹਦੀ ਸ਼ਹਾਦਤ ਦੇਣੀ ਪਈ ਆ। ਅਤੇ ਤਿਰੰਗਾ ਜਿਹੜਾ ਸਾਡਾ ਸਨਮਾਨਯੋਗ, ਅਗਰ ਅਸੀਂ ਤਿਰੰਗੇ ਦਾ ਅਪਮਾਨ ਕਰਦੇ ਹਾਂ ਅਤੇ ਅਸੀਂ ਊਧਮ ਸਿੰਘ ਦਾ ਅਪਮਾਨ ਕਰਦੇ ਹਾਂ, ਅਸੀਂ ਭਗਤ ਸਿੰਘ ਦਾ ਅਪਮਾਨ ਕਰਦੇ ਹਾਂ, ਅਸੀਂ ਲਾਲਾ ਜਗਤ ਨਰਾਇਣ ਦਾ ਅਪਮਾਨ ਕਰਦੇ ਹਾਂ, ਅਗਰ ਅਸੀਂ ਤਿਰੰਗੇ ਦਾ ਅਪਮਾਨ ਕਰਦੇ ਹਾਂ, ਇਹ ਸੂਰਤ ਨਹੀਂ ਕਿਉਂਕਿ ਅਸੀਂ ਤਿਰੰਗੇ ਦਾ ਅਪਮਾਨ ਕਰ ਸਕਦੇ।